ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵੱਡੀ ਗਈ ਮੁਹਿੰਮ ਦੇ ਤਹਿਤ ਬਰਨਾਲਾ ਪੁਲਿਸ ਦੇ ਐਕਸਾਈਜ਼ ਸੈੱਲ ਵੱਲੋਂ ਵੱਡੀ ਮਾਤਰਾ ਵਿੱਚ ਦੇਸੀ ਸ਼ਰਾਬ ਫੜਨ ਵਿੱਚ ਸਫਲਤਾ ਹਾਸਲ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਸੁਖਪੁਰਾ ਨਜ਼ਦੀਕ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਸੀ, ਜਿੱਥੇ ਇੱਕ ਕਾਰ ਦੀ ਸ਼ੱਕ ਦੇ ਆਧਾਰ ਉੱਪਰ ਚੈਕਿੰਗ ਕੀਤੀ ਗਈ, ਜਿਸ ਵਿੱਚੋਂ 17 ਡੱਬੇ ਦੇਸੀ ਸ਼ਰਾਬ ਦੇ ਬਰਾਮਦ ਕੀਤੇ ਗਏ। ਉਕਤ ਗੱਡੀ ਚਾਲਕ ਨੂੰ ਚੰਡੀਗੜ੍ਹ ਮਾਰਕਾ ਦੇਸੀ ਸ਼ਰਾਬ ਅਤੇ ਗੱਡੀ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਸਸਤੀ ਦੇਸੀ ਸ਼ਰਾਬ ਪੰਜਾਬ ਅੰਦਰ ਲਿਆ ਕੇ ਮੁਨਾਫੇ ਲਈ ਸਪਲਾਈ ਕਰਦਾ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ਼ ਥਾਣਾ ਸਹਿਣਾ ਵਿਖੇ ਐਕਸਾਈਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਿਸ ਤੋਂ ਹੋਰ ਪੁੱਛਗਿੱਛ ਜਾਰੀ ਹੈ। ਚੰਡੀਗੜ੍ਹ ਤੋਂ ਲੈ ਕੇ ਆਉਂਦੇ 17 ਡੱਬੇ ਕਿੱਥੇ ਲੈ ਕੇ ਭੇਜਦੇ ਸੀ? ਚੰਡੀ ਅੱਗੇ ਵੀ ਕਿੰਨੇ ਵੇਲੇ ਆਏ? ਜੀ ਅੱਗੇ ਨੇ ਪਹਿਲੀ ਵਾਰੀ। ਅੱਗੇ ਉੱਥੋਂ ਕਿੰਨੇ ਦੇ ਲਿਆਂਦੇ? ਕਿੰਨੇ ਦੇ ਕਿੰਨਾ ਫਾਇਦਾ ਹੁੰਦਾ ਜੀ? 800 ਰੁਪਏ ਪਾ ਦਿਓ ਡੱਬੇ, ਡੱਬੇ ਮਗਰ 800 ਰੁਪਏ ਪਾ। ਹੋਰ ਵੀ ਨਾਲ ਸਾਥੀ ਨੇੜੇ ਕੰਮ ਕਰਦੇ? ਨਹੀਂ ਕੱਲੇ। ਮਾਣਯੋਗ SSP ਸਾਹਿਬ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਾਡਾ ਐਕਸਾਈਜ਼ ਸੈੱਲ ਗਠਿਤ ਕੀਤਾ ਗਿਆ ਹੈ, ਜਿਹਦਾ ਮੈਨੂੰ ਇੰਚਾਰਜ ਲਾਇਆ ਗਿਆ। ਮੇਰੀ ਪੁਲਿਸ ਪਾਰਟੀ ਦੀ ਟੀਮ ਹੌਲਦਾਰ ਰਣ ਸਿੰਘ ਨੇ ਸੁਖਪੁਰਾ ਮੋੜ ਨਾਕਾ ਲਾਇਆ ਹੋਇਆ ਸੀ। ਨਾਕੇ ਦੌਰਾਨ ਇੱਕ ਚੈਰੀ ਕਲਰ ਦੀ ਸਕਾਰਪੀਓ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜਿਹਦੇ ਵਿੱਚੋਂ ਲਵਪ੍ਰੀਤ ਸਿੰਘ ਲਵੀ ਗੱਡੀ ਨੂੰ ਚਲਾ ਰਿਹਾ ਸੀਗਾ। ਉਹਨੂੰ ਰੁਕਣ ਦੇ ਇਸ਼ਾਰੇ 'ਤੇ ਕਾਬੂ ਕੀਤਾ। ਸਕਾਰਪੀਓ ਵਿੱਚੋਂ 17 ਪੇਟੀਆਂ ਚੰਡੀਗੜ੍ਹ ਸ਼ਰਾਬ ਬਰਾਮਦ ਹੋਈ, ਜੋ ਸਹਿਣੇ ਕੇਸ ਰਜਿਸਟਰ ਕਰਾਇਆ ਗਿਆ ਹੈ। ਪੁੱਛਗਿੱਛ ਜਾਰੀ ਹੈ, ਹੋਰ ਵੀ ਖੁਲਾਸੇ ਹੋਣ ਦੀਆਂ ਸੰਭਾਵਨਾ ਹਨ। ਬਰਨਾਲਾ ਤੋਂ SM1 ਨਿਊਜ਼ ਦੇ ਲਈ ਪ੍ਰਦੀਪ ਕੁਮਾਰ ਦੀ ਰਿਪੋਰਟ।